ਬੇਅੰਤ ਗੁਰਬਾਣੀ ਦੇ ਅੰਮ੍ਰਿਤ ਬਚਨਾਂ ਦੇ ਨਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜੀਵਨ ਦਾ ਸੁਚੱਜਾ ਢੰਗ ਜਿਹੜਾ ਆ ਦੱਸਿਆ। ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦਾ ਭਜਨ, ਉਹਦੀ ਬੰਦਗੀ, ਉਹਦਾ ਨਾਮ ਲਿਆ, ਅਨੇਕਾਂ ਕਸ਼ਟ ਜਿਹੜੇ ਨੇ ਉਹ ਮਿਟ ਜਾਂਦੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਾਰ ਪੌੜੀਆਂ ਜਪਜੀ ਸਾਹਿਬ ਜੀ ਦੇ ਅੰਦਰ ਇਸ ਦੇ ਬਾਬਤ ਦੱਸੀਆਂ, ਜਿਹਦੇ ਵਿੱਚ ਅਖੀਰਲੀਆਂ ਦੋ ਪੰਕਤੀਆਂ 'ਚ ਮਾਰੇ ਕਹਿੰਦੇ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਇਸ ਬਾਣੀ ਨੂੰ ਸੁਣਿਆ, ਵਾਹਿਗੁਰੂ ਪਰਮਾਤਮਾ ਦੇ ਗੁਣ ਸੁਣ ਕੇ ਦੁੱਖਾਂ ਦਾ ਅਤੇ ਪਾਪਾਂ ਦਾ ਨਾਸ਼ ਹੋ ਜਾਂਦਾ। ਕਈ ਬੰਦੇ ਕਹਿੰਦੇ ਸਾਡਾ ਤਾਂ ਦੁੱਖ ਮਿਟਿਆ ਨਹੀਂ, ਸਾਡਾ ਤਾਂ ਪਾਪ ਮਿਟਿਆ ਨਹੀਂ। ਇਹਦਾ ਮਤਲਬ ਉਹ ਇਹ ਕੱਢ ਲੈਂਦੇ, ਸ਼ਾਇਦ ਬਾਣੀ ਜਿਹੜੀ ਆ ਉਹਦੇ ਨਾਲ ਦੁੱਖ ਮਿਟਦਾ ਹੀ ਨਹੀਂ ਹੈਗਾ। ਜਦੋਂ ਕਿ ਸਾਧ ਸੰਗਤ ਜੀ ਮਹਾਂਪੁਰਖ ਕਹਿੰਦੇ ਹੈ, ਬਾਣੀ ਨੇ ਤਾਂ ਦੁੱਖ ਮਿਟਾ ਦੇਣਾ ਸੀ, ਪਰ ਤੈਨੂੰ ਬਾਣੀ ਜਿਹੜੀ ਹੈ ਪੜ੍ਹਨੀ ਸੁਣਨੀ ਨਹੀਂ ਆਈ, ਤੂੰ ਸਹੀ ਤਰੀਕੇ ਦੇ ਨਾਲ ਇਹਨੂੰ ਪੜ੍ਹ ਸੁਣ ਸਕਿਆ ਹੀ ਨਹੀਂ। ਜਿਵੇਂ ਡਾਕਟਰ ਦੇ ਕੋਲ ਵੀ ਜਾਂਦੇ ਹੋ ਤੇ ਉਹ ਸਾਨੂੰ ਕੋਈ ਦਵਾ ਦਾਰੂ ਦਿੰਦਾ ਤੇ ਵਾਪਸ ਜਦੋਂ ਉਹਦੇ ਕੋਲ ਫੇਰ ਜਾਂਦੇ, ਕਹਿੰਦੇ ਡਾਕਟਰ ਸਾਹਿਬ ਠੀਕ ਨਹੀਂ ਹੋਏ, ਕਹਿੰਦਾ ਦਵਾਈ ਪਚ ਗਈ ਸੀ। ਕਈ ਵਾਰੀ ਕਹਿ ਦਿੰਦੇ ਨਹੀਂ ਦਵਾਈ ਤੇ ਮੈਂ ਖਾਧੀ ਪਰ ਉਹ ਪਚੀ ਕੋਈ ਨਹੀਂ। ਕਹਿੰਦਾ ਫਿਰ ਦਵਾਈ ਪਚੀ ਨਹੀਂ ਤੇ ਤਾਂ ਹੀ ਆਰਾਮ ਨਹੀਂ ਆਇਆ, ਦਵਾਈ ਪਚਣੀ ਵੀ ਚਾਹੀਦੀ ਹੈ। ਇੱਦਾਂ ਹੀ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਜਿਵੇਂ ਡਾਕਟਰ ਦੀ ਦਵਾ ਜਿਹੜੀ ਹੈ ਉਹ ਕੰਮ ਕਰਦੀ, ਇੱਦਾਂ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ, ਸਰਬ ਰੋਗ ਕਾ ਔਖਦ ਨਾਮ, ਸਾਰਿਆਂ ਰੋਗਾਂ ਦਾ ਔਖਦ ਜਿਹੜਾ ਦਵਾਈ ਜਿਹੜੀ ਹੈ ਉਹ ਵਾਹਿਗੁਰੂ ਪਰਮਾਤਮਾ ਦਾ ਨਾਮ ਆ। ਬਣੀਆਂ ਦੁਨੀਆਂ ਦੇ ਵਿੱਚ ਦਵਾਈਆਂ ਦਾਰੂ ਬਣੇ ਹੋਏ, ਪਰ ਜਿੰਨੇ ਦਵਾਈਆਂ ਬਣੀਆਂ ਉਨੇ ਰੋਗ ਨਵੇਂ ਤੋਂ ਨਵੇਂ ਉੱਠਦੇ ਜਾਂਦੇ ਆ ਸਰੀਰਾਂ ਵਿੱਚ, ਉਨੇ ਹੀ ਨਵੇਂ ਤੋਂ ਨਵੇਂ ਰੋਗ ਜਿਹੜੇ ਨੇ ਨਾਲ ਦੀ ਨਾਲ ਪੈਦਾ ਹੋ ਹੀ ਜਾਂਦੇ। ਸਤਿਗੁਰੂ ਪਾਤਸ਼ਾਹ ਜੀ ਨੇ ਤੇ ਬਾਣੀ ਵਿੱਚ ਇਹ ਕਹਿ ਦਿੱਤਾ, ਗੁਰੂ ਸਾਹਿਬ ਕਹਿੰਦੇ, ਜੋ ਜੋ ਦੇਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਜਿਹੜਾ ਵੀ ਦਿਸਦਾ ਉਹ ਰੋਗ ਦੇ ਨਾਲ ਭਰਿਆ ਹੋਇਆ। ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਬਾਇਆ, ਜੱਗ ਉੱਚਾ ਚੜ੍ਹਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਮੈਨੂੰ ਲੱਗਾ ਮੈਂ ਹੀ ਦੁੱਖਾਂ ਵਿੱਚ ਘਿਰਿਆ ਹੋਇਆ, ਪਰ ਜਦੋਂ ਉੱਪਰ ਹੋ ਕੇ ਵੇਖਿਆ ਸੁਰਤ ਨੂੰ ਤਾਂ ਕਰਕੇ ਵੇਖਿਆ ਤੇ ਘਰ ਘਰ ਇਹ ਦੁੱਖਾਂ ਦੀ ਅੱਗ ਬਲਦੀ ਪਈ ਸੀ। ਇੱਕੋ ਇੱਕ ਤਰੀਕਾ ਆ, ਜੇਕਰ ਸੰਪੂਰਨ ਤੌਰ 'ਤੇ ਗੁਰੂ ਸਾਹਿਬ ਕਹਿੰਦੇ ਰੋਗ ਮਿਟਾਉਣੇ ਆ ਤੇ ਵਾਹਿਗੁਰੂ ਪਰਮੇਸ਼ਵਰ ਦਾ ਭਜਨ ਕਰਨਾ ਪਵੇਗਾ। ਸਤਿਗੁਰੂ ਮਿਹਰ ਕਰਨ ਮਸ਼ਕੀਨ ਜੀ ਨੇ ਇੱਦਾਂ ਕਿਤੇ ਵਿਚਾਰ ਕੀਤੀ ਕਿ ਪਰਮਾਤਮਾ ਦਾ ਸਿਮਰਨ ਕੀਤਿਆਂ ਦੁੱਖ ਮਿਟ ਜਾਂਦੇ ਹੈ, ਪਰ ਉਹਨਾਂ ਨੂੰ ਲੋਕਾਂ ਨੇ ਸਵਾਲ ਕਰ ਦਿੱਤੇ, ਤੁਹਾਡੇ ਸਾਰੇ ਦੁੱਖ ਮਿਟ ਗਏ, ਤੁਹਾਡੇ ਸਾਰੇ ਦੁੱਖ ਮਿਟ ਗਏ, ਤੁਸੀਂ ਵੀ ਤੇ ਨਾਮ ਜਪਦੇ ਹੋ। ਉਹ ਕਹਿੰਦੇ ਸਾਰੇ ਦੁੱਖ ਤੇ ਨਹੀਂ ਮਿਟੇ, ਪਰ ਮੈਨੂੰ ਇਹ ਵਿਸ਼ਵਾਸ ਹੋ ਗਿਆ ਕਿ ਦੁੱਖ ਮਿਟਣੇ ਇਹਦੇ ਰਾਹੀਂ ਹੈ। ਦੁੱਖ ਜੇਕਰ ਮਿਟਣੇ ਹੈ ਉਹ ਪਰਮਾਤਮਾ ਦੇ ਨਾਮ ਦੇ ਨਾਲ ਹੀ ਮਿਟਣੇ। ਕਿਵੇਂ ਵਿਸ਼ਵਾਸ ਹੋਣਾ ਚਾਹੀਦਾ ਸਾਨੂੰ ਕਿ ਧਰਤੀ ਦੇ ਵਿੱਚ ਜਦੋਂ ਆਪਾਂ ਪਾਣੀ ਹੈ, ਸਾਰੇ ਕਹਿੰਦੇ ਧਰਤੀ ਵਿੱਚ ਪਾਣੀ ਹੈ, ਜੈਸੇ ਧਰਤੀ ਮਦੇ ਪਾਣੀ ਪਰਗਾਸਿਆ, ਪਾਣੀ ਹੈ ਧਰਤੀ ਦੇ ਵਿੱਚ। ਪਰ ਜੇਕਰ ਕੋਈ ਕਵੇ 5-5 ਫੁੱਟ ਦਾ ਟੋਆ ਪੱਟ ਕੇ ਵੇਖੀ ਜਾਵੇ, ਇੱਥੇ ਵੀ ਪਾਣੀ ਨਹੀਂ ਨਿਕਲਿਆ, ਇੱਥੇ ਵੀ ਨਹੀਂ ਨਿਕਲਿਆ, ਅਤੇ ਉਹ ਕਹਿ ਦੇਵੇ ਪਾਣੀ ਹੈ ਹੀ ਕੋਈ ਨਹੀਂ, ਅਤੇ ਉਹਦਾ ਕਹਿਣਾ ਗਲਤ ਆ। ਉਹਦੀ ਸਮਝ ਦੇ ਮੁਤਾਬਕ ਉਹ ਠੀਕ ਹੋਏਗਾ,
ਪਰ ਸਿਆਣੇ ਪੁਰਖ ਦੇ ਕਹਿਣ ਦੇ ਮੁਤਾਬਕ ਉਹਦਾ ਕਹਿਣਾ ਗਲਤ ਹੋ ਜਾਏਗਾ। ਕਿਉਂ? ਕਿਉਂਕਿ ਉਹ ਸਿਆਣਾ ਬੰਦਾ ਆਖੇਗਾ, ਭਾਈ ਪਾਣੀ ਹੈ, ਪਰ ਜਿਹੜਾ ਤੂੰ ਪੰਜ ਪੰਜ ਪੰਜਾਹ ਥਾਵਾਂ 'ਤੇ ਪੁੱਟ ਰਿਹਾ, ਉਹ ਫੁੱਟ ਜਿਹੜਾ ਆ ਡੂੰਘਾ ਟੋਆ ਇੱਕੋ ਜਗ੍ਹਾ 'ਤੇ 50 ਫੁੱਟ 100 ਫੁੱਟ ਪੁੱਟ, ਫਿਰ ਤੈਨੂੰ ਪਾਣੀ ਪ੍ਰਾਪਤ ਹੋਵੇਗਾ। ਭਾਵ ਇੱਕੋ ਜਗ੍ਹਾ ਹੈ ਜਿੱਥੋਂ ਦੁੱਖ ਮਿਟਣੇ, ਉਹ ਹੈ ਵਾਹਿਗੁਰੂ ਪਰਮੇਸ਼ਵਰ ਦਾ ਨਾਮ। ਸੋ ਨਾਮ ਦੇ ਨਾਲ, ਬਾਣੀ ਦੇ ਨਾਲ ਜੁੜ ਕੇ ਇਹਨਾਂ ਦੁੱਖਾਂ ਦਾ ਨਾਸ਼ ਹੋਣਾ ਆ। ਜੇਕਰ ਗੁਰੂ ਦੀ ਗੱਲ ਕੋਈ ਨਹੀਂ ਮੰਨਦੇ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਆਪਾਂ ਕਹਿ ਦਿੰਦੇ ਹਾਂ ਕਿ ਅਸੀਂ ਤੇ ਗਏ ਸਾਂ, ਬਾਣੀ ਵੀ ਪੜ੍ਹ ਲਈ, ਸੁਣ ਵੀ ਲਈ, ਪਰ ਗੱਲ ਕੋਈ ਨਹੀਂ ਬਣੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ ਸਾਧ ਸੰਗਤ ਜੀ, ਆਓ ਇਤਿਹਾਸ ਦੇ ਵਿਚਾਰ ਦੇ ਨਾਲ ਆਪਾਂ ਸਾਂਝ ਪਾਈਏ। ਇਤਿਹਾਸ ਦੇ ਵਿੱਚ ਆਪਾਂ ਸਾਂਝ ਪਾ ਰਹੇ ਸਾਂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਦੇ ਜੀਵਨ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਸੀ, ਅਤੇ ਕਥਾ ਵਿਚਾਰ ਦੇ ਵਿੱਚ ਆਪ ਜੀ ਨੇ ਜੋ ਸਰਵਣ ਕੀਤਾ ਕਿ ਦਾਰਾ ਸ਼ਿਕੋਹ ਦੇ ਨਾਲ ਇਹਦਾ ਭਰਾ ਔਰੰਗਜ਼ੇਬ ਜਿਹੜਾ ਹੈ ਉਹਨੇ ਜੰਗ ਕੀਤੀ, ਜਿਹਦੇ ਵਿੱਚ ਦਾਰਾ ਸ਼ਿਕੋਹ ਉਹਨੂੰ ਹਾਰ ਦਾ ਮੂੰਹ ਦੇਖਣਾ ਪੈ ਗਿਆ। ਹਾਰ ਦੀ ਵਜ੍ਹਾ ਦੇ ਨਾਲ ਉਹਨੂੰ ਇੱਥੋਂ ਭੱਜਣਾ ਪਿਆ, ਇਸ ਜਗ੍ਹਾ ਨੂੰ ਛੱਡ ਕੇ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੇ ਆ। ਉੱਥੇ ਪਤਾ ਲੱਗਾ ਕਿ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ 7ਵੀਂ ਜੋਤ, 7ਵੇਂ ਜਾਮੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਥੇ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਆਏ ਹੋਏ ਆ। ਬੜੀਆਂ ਰਹਿਮਤਾਂ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਵਰਤਾ ਰਹੇ ਨੇ। ਦਾਰਾ ਸ਼ਿਕੋਹ ਨੇ ਮਨ ਵਿੱਚ ਵਿਚਾਰ ਕੀਤੀ ਕਿ ਪਹਿਲਾਂ ਵੀ ਇੱਕ ਸਮਾਂ ਐਸਾ ਆਇਆ ਸੀ ਜਦੋਂ ਮੈਂ ਗੁਰੂ ਸਾਹਿਬ ਦੀ ਬੜੀ ਮਹਿਮਾ ਸੁਣੀ ਸੀ, ਸਾਈਂ ਮੀਆਂ ਮੀਰ ਜਿਨ੍ਹਾਂ ਤੋਂ ਮੈਂ ਹੋਰ ਬੜੇ ਗੁਣ ਜਿਹੜੇ ਅਧਿਆਤਮਿਕ ਜਿਹੜੇ ਧਾਰਨ ਕੀਤੇ, ਉਹਨਾਂ ਨੇ ਵੀ ਗੁਰੂ ਘਰ ਦੀ ਮਹਿਮਾ ਗਾਈ ਸੀ। ਹੋਰ ਬੜੇ ਪੀਰ ਫਕੀਰ ਜਿਹੜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਸ ਗਾ ਰਹੇ ਸਨ, ਗੁਰੂ ਨਾਨਕ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ, 7ਵੇਂ ਪਾਤਸ਼ਾਹ ਤੱਕ। ਅੱਜ ਮੌਕਾ ਮਿਲਿਆ, ਉਦੋਂ ਵੀ ਮੇਰੇ ਮਨ ਵਿੱਚ ਇਹ ਆਇਆ ਸੀ ਕਿ ਇੱਕ ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਨਾਲ ਮੇਰਾ ਰੋਗ ਵੀ ਦੂਰ ਹੋਇਆ ਸੀ, ਮੇਰੀ ਬਿਮਾਰੀ ਨਾਸ਼ ਨਹੀਂ ਸੀ ਹੁੰਦਾ, ਅਤੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਦਵਾ ਕੀਤੀ ਸੀ। ਦਵਾ ਦਾਰੂ ਗੁਰੂ ਸਾਹਿਬ ਨੇ ਬਖਸ਼ੀ ਸੀ 7ਵੇਂ ਪਾਤਸ਼ਾਹ ਨੇ, ਅਤੇ ਮਹਾਰਾਜ ਨੂੰ ਮੈਂ ਚਿੱਠੀ ਵੀ ਲਿਖੀ ਸੀ ਕਿ ਗੁਰੂ ਸਾਹਿਬ ਜੀ ਤੁਹਾਡੇ ਦਰਸ਼ਨ ਤਾਂ ਕਰਨੇ ਚਾਹੁੰਦਾ, ਪਰ ਆ ਬਾਦਸ਼ਾਹਤ ਦਾ ਰੌਲਾ ਪੈਣ ਕਰਕੇ ਮੈਥੋਂ ਆ ਨਹੀਂ ਹੋ ਰਿਹਾ। ਬੜਾ ਮਨ ਵਿੱਚ ਚਾਅ ਆ ਕਿ ਤੁਹਾਨੂੰ ਮਿਲਾਂ, ਤੁਹਾਡੇ ਦੀਦਾਰ ਕਰਾਂ। ਬੜੀ ਸਤਿਗੁਰੂ ਤੁਹਾਡੇ ਦਰ ਦੀ ਵੱਡੀ ਮਹਿਮਾ ਆ, ਪਰ ਮਨ ਵਿੱਚ ਚਾਅ ਰਹਿੰਦਾ। ਜਦੋਂ ਇਹ ਚਿੱਠੀ ਗੁਰੂ ਸਾਹਿਬ ਨੂੰ ਪਹੁੰਚੀ ਸੀ, ਮਹਾਰਾਜ ਨੇ ਫਿਰ ਵਾਪਸ ਚਿੱਠੀ ਲਿਖੀ ਸੀ ਕਿ ਦਾਰਾ ਸ਼ਿਕੋਹ ਚਿੰਤਾ ਨਾ ਕਰ, ਸਮਾਂ ਆਏਗਾ, ਵਾਹਿਗੁਰੂ ਕਿਰਪਾ ਕਰੇਗਾ, ਜ਼ਰੂਰ ਮਿਲਾਂਗੇ। ਜੋ ਤੁਹਾਨੂੰ ਸਾਈਂ ਮੀਆਂ ਮੀਰ ਜਾਂ ਕਿਤੋਂ ਸਮਝ ਪੈਂਦੀ ਆ, ਉਹ ਸਮਝ ਨੂੰ ਅਪਣਾ ਕੇ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ। ਸੋ ਅੱਜ ਸਮਾਂ ਆ ਗਿਆ ਸੀ ਕਿ ਇਹ ਗੁਰੂ ਸਾਹਿਬ ਨੂੰ ਮਿਲ ਸਕਦਾ ਸੀ। ਇਹਨੇ ਪੁੱਛਿਆ ਕਿਸੇ ਨੂੰ ਕਿ ਗੁਰੂ ਸਾਹਿਬ ਕਿਵੇਂ ਮਿਲਣਗੇ, ਉਹਨਾਂ ਦੱਸਿਆ ਇੱਥੇ ਤਾਂ ਗੁਰੂ ਸਾਹਿਬ ਹੈ ਨਹੀਂ, ਕੀਰਤਪੁਰ ਸਾਹਿਬ ਦੀ ਧਰਤੀ 'ਤੇ ਸਤਿਗੁਰੂ ਹੈ ਨਹੀਂਗੇ। ਜੇਕਰ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਦੇ ਦਰਸ਼ਨ ਕਰਨੇ ਆ ਤਾਂ ਤੁਹਾਨੂੰ ਬਿਆਸ ਵਾਲੇ ਪਾਸੇ ਜਾਣਾ ਪੈਣਾ, ਉਹ ਮਹਾਰਾਜ ਗੁਰਧਾਮਾਂ ਦੇ ਯਾਤਰਾ 'ਤੇ ਦਰਸ਼ਨਾਂ 'ਤੇ ਗਏ ਹੋਏ ਨੇ। ਗੁਰਧਾਮਾਂ ਦੀ ਯਾਤਰਾ ਜਾਂ ਇੱਦਾਂ ਕਹਿ ਲਓ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਗਏ, ਅਤੇ ਕਿਸੇ ਨੂੰ ਭੇਜ ਦਿਓ, ਕਿਉਂਕਿ ਗੁਰੂ ਸਾਹਿਬ ਨੇ ਇੱਕ ਜਗ੍ਹਾ ਤੋਂ ਦੂਜੇ ਸਥਾਨ 'ਤੇ, ਦੂਜੇ ਤੋਂ ਤੀਜੇ ਇੱਦਾਂ ਸਥਾਨਾਂ 'ਤੇ ਜਾਣਾ ਆ। ਜੇਕਰ ਮਿਲਣਾ ਚਾਹੁੰਦੇ ਹੋ ਤਾਂ ਕੋਈ ਬੰਦਾ ਭੇਜ ਦਿਓ, ਤੇਜ਼ੀ ਨਾਲ ਜਾ ਕੇ ਗੁਰੂ ਸਾਹਿਬ ਨੂੰ ਤੁਹਾਡੀ ਬੇਨਤੀ ਕਰ ਦੇਵੇਗਾ। ਤੁਹਾਡਾ ਸੁਨੇਹਾ ਜਿਹੜਾ, ਤੁਹਾਡੀ ਬੇਨਤੀ ਜਿਹੜੀ ਗੁਰੂ ਸਾਹਿਬ ਨੂੰ ਮਿਲ ਜਾਵੇਗੀ ਕਿ ਤੁਸੀਂ ਮਿਲਣਾ ਚਾਹੁੰਦੇ, ਦਰਸ਼ਨ ਕਰਨਾ ਚਾਹੁੰਦੇ ਹੋ। ਦਾਰਾ ਸ਼ਿਕੋਹ ਨੇ ਇੱਕ ਸਾਧ ਸੰਗਤ ਜੀ ਭੇਜਿਆ ਆਪਣਾ ਬੰਦਾ, ਜਿਹੜਾ ਇੱਥੇ ਸਤਿਗੁਰੂ ਮਹਾਰਾਜ ਦੇ ਕੋਲ ਪਹੁੰਚਿਆ, ਕਿਉਂਕਿ ਗੁਰੂ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਕੁਝ ਸਿੱਖਾਂ ਨੂੰ, ਸੂਰਮਿਆਂ ਨੂੰ ਨਾਲ ਲੈ ਕੇ
ਗੋਇੰਦਵਾਲ ਸਾਹਿਬ ਆ ਗਏ ਸਨ। ਇੱਥੇ ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਅਸਥਾਨਾਂ ਦੇ ਦਰਸ਼ਨ, ਹੋਰ ਜਿਹੜੇ ਦਰਸ਼ਨ ਕਰਨ ਯੋਗ ਅਸਥਾਨ ਸਨ, ਸਾਰੇ ਅਸਥਾਨਾਂ ਦੇ ਦਰਸ਼ਨ ਕੀਤੇ। ਮਹਾਰਾਜ ਗੁਰੂ ਅਮਰਦਾਸ ਜੀ ਦੇ ਸੰਤਾਨ ਨੂੰ ਮਿਲੇ, ਬੜਾ ਪਿਆਰ ਦੇ ਨਾਲ ਉਹਨਾਂ ਨਾਲ ਵਿਚਾਰਾਂ ਕੀਤੀਆਂ। ਇੱਥੋਂ ਚੱਲ ਕੇ ਗੁਰੂ ਸਾਹਿਬ ਖੰਡੂਰ ਸਾਹਿਬ ਆ ਗਏ ਸਨ। ਇੱਥੇ ਵੀ ਦਰਸ਼ਨ ਦੀਦਾਰ ਹੋਏ, ਗੁਰੂ ਅੰਗਦ ਦੇਵ ਮਹਾਰਾਜ ਦੀ ਸੰਤਾਨ ਜੋ ਸੀ ਅੱਗੇ ਉਹਨਾਂ ਨੂੰ ਮਿਲੇ, ਉਹਨਾਂ ਨਾਲ ਵਿਚਾਰ ਕੀਤੀ। ਇਸ ਤੋਂ ਬਾਅਦ ਜਦੋਂ ਗਾਂਹ ਚੱਲਣ ਲੱਗੇ ਤਾਂ ਉਦੋਂ ਨੂੰ ਇਹ ਬੰਦਾ ਪਹੁੰਚ ਗਿਆ, ਆਣ ਕੇ ਆਖਿਆ, ਸਤਿਗੁਰੂ ਮਹਾਰਾਜ, ਸ਼ਾਹਜਹਾਂ ਦਾ ਵੱਡਾ ਪੁੱਤਰ ਦਾਰਾ ਸ਼ਕੋ ਤੁਹਾਨੂੰ ਮਿਲਣ ਵਾਸਤੇ ਬੜੀ ਇੱਛਾ ਜ਼ਾਹਰ ਕਰਦਾ ਪਿਆ, ਅਤੇ ਤੁਸੀਂ ਕਿਰਪਾ ਕਰੋ ਮਹਾਰਾਜ, ਉਹਨਾਂ ਨੂੰ ਦਰਸ਼ਨ ਦਿਓ। ਸਤਿਗੁਰੂ ਗਾਂਹ ਨਾ ਜਾਇਓ, ਬੇਨਤੀ ਕੀਤੀ ਆ ਉਹਨੇ, ਅਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਾਧ ਸੰਗਤ ਜੀ ਬੇਨਤੀ ਦਿਲੋਂ ਕੀਤੀ ਸੀ, ਮਨ ਵਿੱਚ ਲਾਲਸਾ ਸੀ ਕਿ ਗੁਰੂ ਸਾਹਿਬ ਦੇ ਮੈਂ ਦੀਦਾਰ ਕਰ ਲਵਾਂ। ਜਿਵੇਂ ਹੀ ਇਹ ਬੇਨਤੀ ਸਤਿਗੁਰਾਂ ਨੂੰ ਮਿਲੀ ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਖੰਡੂਰ ਸਾਹਿਬ ਤੋਂ ਵਾਪਸ ਗੋਇੰਦਵਾਲ ਸਾਹਿਬ ਆ ਗਏ। ਇੰਨੇ ਨੂੰ ਸਾਧ ਸੰਗਤ ਜੀ ਦਾਰਾ ਸ਼ਕੋ ਜਿਹੜਾ ਹੈ, ਇੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ, ਆਣ ਕੇ ਮਹਾਰਾਜ ਨੂੰ ਮਿਲਿਆ, ਨਮਸਕਾਰ ਕੀਤੀ, ਬੜਾ ਖੁਸ਼ ਹੋਇਆ। ਕਹਿਣ ਲੱਗਾ, ਸਤਿਗੁਰੂ ਸੱਚੇ ਪਾਤਸ਼ਾਹ, ਬੜਾ ਸਮਾਂ ਲੰਘ ਗਿਆ, ਤੁਹਾਡੇ ਦਰਸ਼ਨ ਨਹੀਂ ਸਾ ਕਰ ਪਾ ਰਿਹਾ, ਬੜਾ ਸਮਾਂ ਇੱਦਾਂ ਹੀ ਬੀਤ ਗਿਆ ਮਹਾਰਾਜ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਕੋਈ ਨਾ ਕੋਈ ਜੰਜਾਲ ਝਮੇਲਾ ਪਿਆ ਰਹਿੰਦਾ ਸੀ, ਬਾਦਸ਼ਾਹਤ ਦੇ ਚੱਕਰ ਦੇ ਵਿੱਚ ਵੀ ਪਿਤਾ ਜੀ ਨੇ ਪਾ ਦਿੱਤਾ, ਮੇਰਾ ਕੋਈ ਮਨ ਨਹੀਂ ਸੀ, ਮੇਰਾ ਕੋਈ ਇਸ ਵਿੱਚ ਮਨ ਨਹੀਂ ਸੀ, ਅਤੇ ਦੂਜਾ ਮਹਾਰਾਜ ਔਰੰਗਜ਼ੇਬ ਮੇਰਾ ਭਰਾ ਜਿਹੜਾ ਉਹ ਵੀ ਬੜਾ ਰੌਲਾ ਉਹਦਾ ਪੈ ਰਿਹਾ, ਮਹਾਰਾਜ ਉਹ ਮੈਨੂੰ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਕੰਮ ਵਿੱਚ ਫਸਾਈ ਜਾ ਰਿਹਾ ਸੀ, ਇਸ ਕਰਕੇ ਤੁਹਾਡੇ ਦੀਦਾਰ ਨਹੀਂ ਹੋ ਪਾਏ, ਹੁਣ ਸਮਾਂ ਮਿਲਿਆ ਮਹਾਰਾਜ, ਤੁਹਾਡੀ ਕਿਰਪਾ ਦੇ ਨਾਲ ਦਰਸ਼ਨ ਹੋ ਗਏ, ਅਤੇ ਗੁਰੂ ਸਾਹਿਬ ਮਿਹਰ ਕਰੋ, ਅਕਾਲ ਪੁਰਖ ਪਰਮਾਤਮਾ ਪਾਪ ਪੁੰਨ ਦੀ ਸ਼ੋਅ ਤੋਂ ਨਿਰਲੇਪ ਹੈ, ਜਿਵੇਂ ਆਪਾਂ ਪੜ੍ਹਦੇ ਹਾਂ ਜਾਪ ਸਾਹਿਬ ਦੇ ਵਿੱਚ ਵੀ ਅਛਲ ਜਾਂ ਅਛੇਦ ਅਭੇਦ, ਇੱਦਾਂ ਦੀਆਂ ਵਿਚਾਰਾਂ ਪੜ੍ਹਦੇ ਹਾਂ, ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਅਛਲ ਅਛੇਦ ਅਭੇਦ ਪ੍ਰਭ, ਉਹਦਾ ਭੇਦ ਨਹੀਂ ਪਾਇਆ ਜਾ ਸਕਦਾ, ਉਹਨੂੰ ਛਲਿਆ ਨਹੀਂ ਜਾ ਸਕਦਾ। ਸੋ ਇੱਦਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਉਹ ਛੂਹ ਤੋਂ ਪਰਾ ਹੈ, ਉਹਨੂੰ ਪਾਪ ਪੁੰਨ ਜਿਹੜੇ ਹੈ ਛੂਹ ਨਹੀਂ ਸਕਦੇ। ਇੱਦਾਂ ਦੀਆਂ ਬੜੀਆਂ ਵਿਚਾਰਾਂ ਦਾਰਾ ਸ਼ਕੋ ਨੇ ਗੁਰੂ ਸਾਹਿਬ ਦੇ ਨਾਲ ਕੀਤੀਆਂ ਅਤੇ ਇੱਕ ਬੇਨਤੀ ਕੀਤੀ, ਸਤਿਗੁਰੂ ਮੇਰੇ 'ਤੇ ਵੀ ਮਿਹਰ ਕਰੋ, ਮੇਰਾ ਜਨਮ ਮਰਨ ਦਾ ਦੁੱਖ ਕੱਟਿਆ ਜਾਵੇ, ਸਤਿਗੁਰੂ ਸੰਸਾਰਕ ਦੁੱਖ ਜਿਹੜੇ ਆ ਮਿਟ ਜਾਣ, ਐਸੀ ਕੋਈ ਰਹਿਮਤ ਕਰ ਦਿਓ ਮਹਾਰਾਜ, ਜਮਾਂ ਦੀ ਫਾਹੀ ਤੋਂ ਬਚ ਜਾਵਾਂ। ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ, ਕਹਿਣ ਲੱਗੇ ਤੁਹਾਨੂੰ ਗਿਆਨ 'ਤੇ ਪਹਿਲਾਂ ਹੀ ਬਹੁਤ ਆ, ਗਿਆਨ 'ਤੇ ਬੜਾ ਹੈ, ਪਰਮਾਤਮਾ ਦੇ ਬਾਰੇ ਵਿੱਚ ਤੁਸੀਂ ਜਾਣਦੇ ਇੱਛੁਕ ਵੀ ਹੋ, ਤੁਹਾਡੇ ਮਨ ਵਿੱਚ ਇੱਛਾ ਵੀ ਰਹਿੰਦੀ ਹੈ ਪਰਮਾਤਮਾ ਦੇ ਬਾਰੇ ਜਾਣਾ, ਪਰ ਮਹਾਰਾਜ ਕਹਿੰਦੇ ਜਾਣਨ ਤੋਂ ਬਾਅਦਾਂ ਵੀ ਇੱਕ ਕੰਮ ਕਰਨਾ ਪੈਂਦਾ, ਉਹ ਕਿਹੜਾ ਕੰਮ ਆ, ਉਹਨੂੰ ਸਿਮਰਨਾ ਪੈਂਦਾ ਆ। ਸੋ ਇੱਦਾਂ ਕਰੋ, ਅੱਜ ਤੋਂ ਬਾਅਦ ਸਤਨਾਮ ਦਾ ਸਿਮਰਨ ਵੀ ਆਰੰਭ ਕਰੋ, ਵਾਹਿਗੁਰੂ ਦਾ ਸਿਮਰਨ ਆਰੰਭ ਕਰੋ, ਜਿਹਦੇ ਨਾਲ ਅਨੇਕਾਂ ਦੁੱਖਾਂ ਦਾ ਨਾਸ਼ ਹੋ ਜਾਂਦਾ। ਐਸਾ ਦਾਰੂ ਲੋੜ ਲਹੋ ਜੇ ਤਰਵੰਜਾ ਰੋਗਾਂ ਘਾਣ, ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਕਿ ਇੱਦਾਂ ਦਾ ਕੋਈ ਦਾਰੂ ਲੱਭੋ ਜਿਹਦੇ ਨਾਲ ਰੋਗਾਂ ਦਾ ਇਹ ਘਾਣ ਜਿਹੜਾ, ਇਹ ਡੇਰਾ ਜਿਹੜਾ ਰੋਗਾਂ ਦਾ ਦੁੱਖਾਂ ਦਾ, ਇਹ ਮਿਟ ਜਾਵੇ। ਅਤੇ ਉਹ ਕੀ ਆ, ਉਹ ਵਾਹਿਗੁਰੂ ਦਾ ਨਾਮ ਆ ਪਰਮਾਤਮਾ ਦਾ। ਸੋ ਇਸ ਕਰਕੇ ਗੁਰੂ ਸਾਹਿਬ ਨੇ ਦਾਰਾ ਸ਼ਿਕੋ ਨੂੰ ਇਹ ਗੱਲ ਸਮਝਾਈ ਸੀ ਕਿ ਵਾਹਿਗੁਰੂ ਪਰਮਾਤਮਾ ਦਾ ਭਜਨ ਕਰਨਾ ਆ ਅਤੇ ਜ਼ਿੰਦਗੀ ਦੇ ਵਿੱਚ ਕਿਵੇਂ ਵਿਚਰਨਾ, ਇਹ ਉਪਦੇਸ਼ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਿੱਤੇ। ਅਤੇ ਦਾਰਾ ਸ਼ਿਕੋ ਜਿਵੇਂ ਜਿਵੇਂ ਗੁਰੂ ਸਾਹਿਬ ਦੇ ਬਚਨ ਸੁਣਦਾ ਸੀ ਅਤੇ ਮਨ ਉਹਦਾ ਬੜਾ ਇਕਾਂਤ ਅਵਸਥਾ ਸ਼ਾਂਤ ਅਵਸਥਾ ਵਿੱਚ ਜਾਈ ਜਾਂਦਾ ਸੀ। ਸਮਾਰਤ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਹ ਸੀ ਵਿਚਾਰ ਕੇ ਦਾਰਾ ਸ਼ਕੋ ਨੇ ਗੁਰੂ ਸਾਹਿਬ ਨੂੰ ਇੱਕ ਚਿੱਠੀ ਲਿਖੀ ਸੀ।
ਤੇ ਨਾਲ ਅੱਜ ਦੀ ਘੜੀ ਉਹਦਾ ਗੁਰੂ ਸਾਹਿਬ ਦੇ ਨਾਲ ਮਿਲਾਪ ਹੋਇਆ। ਮਿਲਾਪ ਹੁੰਦਿਆਂ ਸਾਰ ਹੀ ਉਹਦਾ ਉਹਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਹਦੇ ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਮਿਲ ਗਏ। ਕਈ ਸਵਾਲ ਜਿਹੜੇ ਨੇ ਉਹਦੇ ਮਨ ਵਿੱਚ ਸ਼ੰਕੇ ਜਿਹੜੇ ਜਿਵੇਂ ਮਿਟ ਗਏ ਹੁੰਦੇ। ਬੜਾ ਹਲਕਾ ਜਿਹਾ ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਪਿਆ ਗੁਰੂ ਸਾਹਿਬ ਦੇ ਬਚਨ ਸੁਣਨ ਤੋਂ ਬਾਅਦ। ਸੁਮਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਧ ਸੰਗਤ ਜੀ, ਕੱਲ੍ਹ ਨੂੰ ਜੇ ਸਮਾਂ ਮਿਲਿਆ ਤਾਂ ਆਪਾਂ ਇਹ ਵਿਚਾਰ ਦੇ ਨਾਲ ਸਾਂਝ ਪਾਵਾਂਗੇ ਕਿ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੋਰ ਕੀ ਰਹਿਮਤ ਜਿਹੜੀ ਹੈ ਉਹ ਵਰਤਾਈ, ਹੋਰ ਕੀ ਬਖਸ਼ਿਸ਼ਾਂ ਸਤਿਗੁਰਾਂ ਨੇ ਕੀਤੀਆਂ। ਕਿਉਂਕਿ ਇਹ ਸੱਤਵੇਂ ਪਾਤਸ਼ਾਹ ਜੀ ਦਾ ਇਤਿਹਾਸ ਜਿਹੜਾ ਇਹਦੇ ਨਾਲ ਨਾਲ ਬਾਦਸ਼ਾਹ ਦੇ ਵਿਚਾਰ ਉਸ ਪਾਸੇ ਕਿਵੇਂ ਦਾ, ਸਰਕਾਰ ਵੱਲੋਂ ਕਿਵੇਂ ਦਾ ਵਰਤਾਰਾ ਚੱਲ ਰਿਹਾ ਸੀ, ਇਹ ਵੀ ਨਾਲ ਵਿਚਾਰ ਕਰਨੀ ਜ਼ਰੂਰੀ। ਕਿਉਂਕਿ ਸਾਨੂੰ ਸਮਝ ਲੱਗ ਜਾਏਗੀ ਕਿ ਦਸਵੇਂ ਪਾਤਸ਼ਾਹ ਜੀ ਨੇ ਕਿਉਂ ਗੁਰਸਿੱਖ ਨੂੰ ਸ਼ਸਤਰਧਾਰੀ ਬਣਾ ਦਿੱਤਾ, ਕਿਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਕਿ ਜ਼ੁਲਮ ਦੇ ਸਾਹਮਣੇ ਖੜੋਣਾ ਆ। ਇਹ ਗੱਲਾਂ ਸਾਨੂੰ ਸਮਝ ਪੈਣਗੀਆਂ ਕਿ ਜਿਹੜੇ ਬਾਦਸ਼ਾਹ ਸਨ, ਜਿਹੜੇ ਰਾਜ ਕਰ ਰਹੇ ਸਨ, ਉਹ ਰਾਜ ਕਿਵੇਂ ਦਾ ਹੋ ਰਿਹਾ ਸੀ, ਦੁਨੀਆਂ ਦੇ ਉੱਪਰ ਜ਼ੁਲਮ ਕਿੱਦਾਂ ਦਾ ਹੋ ਰਿਹਾ ਸੀ। ਇਹ ਸਾਰੀਆਂ ਗੱਲਾਂ ਨਾਲ ਨਾਲ ਆਪਾਂ ਹਿਸਟਰੀ ਜਿਹੜੀ ਹੈ ਬਾਕੀ ਦੀ ਉਹ ਵੀ ਨਾਲ ਨਾਲ